ਸੰਦੀਪ ਭਰਾ ਦੱਸ ਰਿਹਾ ਕਿ 12 ਸਾਲ ਤੋਂ ਸ਼ਰਾਬ ਦਾ ਨਸ਼ਾ ਕਰਦਾ ਸੀ ਔਰ ਇਹ ਭਰਾ ਦੱਸ ਰਿਹਾ ਕਿ ਇਹ ਇੱਕ ਦਿਨ ਦੇ ਵਿੱਚ ਬੋਤਲ ਤੋਂ ਸਵਾ ਬੋਤਲ ਸ਼ਰਾਬ ਦਾ ਨਸ਼ਾ ਕਰਦੇ ਸੀ ਕਿੰਨੀ ਬੋਤਲ ਤੋਂ ਵੱਧ ਸਵਾ ਬੋਤਲ ਇੱਕ ਬੋਤਲ ਤੋਂ ਵੀ ਜ਼ਿਆਦਾ ਸਵਾ ਬੋਤਲ ਸ਼ਰਾਬ ਦਾ ਕਿੰਨੇ ਸਾਲ ਤੋਂ ਇਹ 12-13 ਸਾਲ ਤੋਂ ਤੇ ਉਸ ਤੋਂ ਬਾਅਦ ਫਿਰ ਕਦੇ ਵੀ ਹੋ ਜਾਏ ਉਹ ਦੇਖ ਲੈ ਗਿਆ ਤੇ ਮੈਂ ਹੱਥ ਲਾ ਲਏ ਦੇਖਿਆ ਹੱਥ ਲਾਏ ਨਹੀਂ ਨਾ ਨਾ ਤੇ ਨਹੀਂ ਕਰਦਾ ਜੀ ਕਿੰਨੇ ਮਹੀਨੇ ਹੋ ਗਏ ਲਾਤਾ ਜਦੋਂ ਮੈਂ 6 ਮਹੀਨੇ ਤੇ ਕਰਾਈ 6 ਮਹੀਨੇ ਮੈਂ 2.5 ਮਹੀਨੇ ਹੋ ਗਏ ਪਹਿਲੇ ਨਹੀਂ ਕਰਦਾ 2.5 ਮਹੀਨੇ ਪਹਿਲੀ ਵਾਰ ਆਏ ਬ੍ਰੇਕ ਕਰਵਾ ਕੇ ਗਏ ਹਾਂਜੀ ਉਹਨਾਂ ਦੇ ਬਾਅਦ ਜਾ ਕੇ ਦੇਣਾ ਨਹੀਂ ਦਿੱਤਾ ਮੈਂ ਕਹਿੰਦਾ ਵੀ ਉੱਕਾ ਹੀ ਜਦੋਂ ਕਦੇ ਵੀ ਕੋ ਨਾਲ ਹਾਲੇਲੂਇਆ ਕਹਿੰਦੀ ਇਹ ਭਰਾ ਦੱਸਦਾ ਆ ਕਿ ਪਹਿਲਾਂ ਮੈਨੂੰ ਲੈ ਕੇ ਜਾਂਦੇ ਸੀ ਕੋਈ ਸਿਆਣੇ ਦੇ ਕੋਲ ਮਾਪੇ ਦੇ ਕੋਲ ਉਹ ਕਹਿੰਦੇ ਸੀ ਕਿ ਤੁਹਾਡੇ ਪਿੱਛੇ ਸ਼ੈਤਾਨ ਆ ਇਹ ਆ ਉਹ ਆ ਲੇਕਿਨ ਮੈਨੂੰ ਪ੍ਰਸ਼ਾਦ ਦਿੰਦੇ ਸੀ ਤੇਲ ਦਿੰਦੇ ਸੀ ਲੇਕਿਨ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਮੇਰਾ ਮਨ ਮਤਲਬ ਕਿ ਮੰਤਰ ਸਮਾਨ ਦਿੰਦੇ ਸੀਗੇ ਉਹ ਹਾਂਜੀ ਅਲੱਗ ਅਲੱਗ ਚੀਜ਼ਾਂ ਮਗਰ ਪੁਜਾਰੀ ਵੀ ਕਿਰਾਏ ਦੇ ਕੇ ਰਹੇ ਮੈਂ ਸਮਝ ਗਿਆ ਲੇਕਿਨ ਉਹਦੇ ਨਾਲ ਕੋਈ ਵੀ ਛੁਟਕਾਰਾ ਨਹੀਂ ਹੋਇਆ ਉਹਨਾਂ ਨੇ ਬਸ ਜਾਣਾ ਤੇ ਪ੍ਰਸ਼ਾਦ ਦੇ ਕੇ ਸਮਾਨ ਦੇ ਦੇਣਾ ਜੋ ਵੀ ਉਹ ਦਿੰਦੇ ਧਾਗਾ ਕਹੀ ਦੇ ਪਾਣੀ ਦੇ ਦਿੰਦੇ ਕਹੀ ਦੇ ਧਾਗਾ ਪਾ ਕੇ ਤੇ ਫਿਰ ਜਿਹੜਾ ਨੇ ਕੇ ਉਹਨੇ ਕੀ ਕਰਿਆ ਔਰ ਪੈਸੇ ਵੀ ਲੈਂਦਾ ਨੇ ਮੈਂ ਤੇ ਕੋਈ ਕੀ ਹੋ ਗਿਆ ਕਦੇ ਕੋਈ ਰਿਆ ਨਹੀਂ ਦਾ ਮੰਗਿਆ ਕੋਈ 2100 ਕੋਈ 3100 12 ਸਾਲ ਤੋਂ ਲਗਾਤਾਰ ਤੇ ਜਦੋਂ ਲਗਾਤਾਰ ਇਹਨੇ ਸਾਲ ਤੋਂ ਸ਼ਰਾਬ ਦਾ ਨਸ਼ਾ ਕਰ ਰਹੇ ਘਰ ਵਿੱਚ ਕਦੇ ਕਲੇਸ਼ ਨਹੀਂ ਸੀ ਹੁੰਦਾ ਕਲੇਸ਼ ਬਹੁਤ ਜ਼ਿਆਦਾ ਸੀ ਮੇਰਾ ਵੱਡਾ ਬ੍ਰਦਰ ਦੇ ਉਹ ਵੀ ਬੜੀ ਕਹਿ ਕਹਿ ਥੱਕ ਗਿਆ ਵੱਡਾ ਭਰਾ ਵੀ ਕਹਿ ਕਹਿ ਕੇ ਥੱਕ ਗਿਆ ਹਾਂਜੀ ਤੇ ਮੰਮੀਆਂ ਦੇ ਕਰੇ ਕਹਿੰਦੇ ਬਹੁਤ ਮਾਂ ਨੂੰ ਦੁੱਖ ਹੁੰਦਾ ਹੈ ਤੇ ਹੁਣ ਜਦੋਂ ਮੈਂ ਬੱਕੇ ਤੇ ਆਇਆ ਮੇਰੀ ਮੰਮੀ ਨੂੰ ਕੰਮ ਤੋਂ ਮੈਂ ਕਦੇ 11 ਕਦੇ 12 ਵਜੇ ਉਹ 11 12 ਕਰੇ ਆਉਣਾ ਛੁੱਟੀ ਮੈਂ 6 ਵਜੇ ਹੁੰਦੀ ਇੱਕਣਾ ਮੁੰਡੇ ਕਰੇ ਜਾਣਾ ਤੂੰ 7ਵੇਂ ਮੈਂ ਕੋ ਘਰੇ ਆਏ ਨਾ ਤੇ ਮੰਮੀ ਹੋਰ ਵੀ ਕਹਿੰਦੇ ਵੀ ਬੰਦੇ ਉਹ ਸ਼ਰਾਬ ਰੱਖਦੇ ਬਹੁਤ ਵਧੀਆ ਤੂੰ ਮੈਂ ਲੈਣ ਲੱਗਾ ਹੈ ਜੇ ਜੋ ਨਾਲ ਪੜ ਲਿਆ ਨਾ ਕੱਪੜੇ ਲਾ ਕੇ ਛੱਡੇ ਤਾਰੀਫ ਕਰੋ ਪਰਮੇਸ਼ਰ ਦੀ ਛੋਟੀ ਇਹ ਛੋਟੀ ਦੀ ਛੋਟੀ 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 ਸਮਝ ਲੈ ਕਿ ਜਿਹੜੀ ਚੀਜ਼ ਨੂੰ ਤਾਕਤ ਨਾਲ ਵੀ ਬਦਲਿਆ ਜਾ ਸਕਦਾ ਦੂਜੀਆਂ ਤਾਕਤਾਂ ਨਾਲ ਨਹੀਂ ਬਦਲਿਆ ਜਾ ਸਕਦਾ ਪਰਮੇਸ਼ਰ ਦੇ ਸਾਮਰਥ ਨਾਲ ਉਹ ਚੀਜ਼ ਹੋ ਸਕਦਾ ਹੈ ਹਾਲੇਲੂਇਆ ਕਹਿਣਾ ਸੌਖਾ ਆਇਆ ਹੈ ਜਿੱਥੇ ਮੈਂ ਕੰਮ ਕਰਦਾ ਸੀ ਜਿੱਥੇ ਜੋਬ ਕਰਦਾ ਮੈਂ 2 ਦਿਨ ਪਹਿਲਾਂ ਕਹਿ ਮੈਂ ਛੁੱਟੀ ਕਰਨੀ ਆਇਆ ਵਾ ਤੇ ਉਹ ਕਹਿੰਦੇ ਜੇ ਛੁੱਟੀ ਕਰੀ ਤੇ ਕੰਮ ਤਾਂ ਲਫਾ ਆ ਗਈ ਕਦੇ ਨਹੀਂ ਕੰਮ ਦੇਣਾ ਤੇ ਛੁੱਟੀ ਕਹਿੰਦੇ ਮੰਡੇ ਮੁੰਡੇ ਤੇ ਮੈਂ ਚਲੋ ਮੈਂ ਤਾਂ ਜਾਣਾ ਜਾਣਾ ਤੇ ਕਹਿੰਦੇ ਜੇ ਇੱਥੇ ਗਏ ਤੇ ਫਿਰ ਤਾਂ ਲਫਾ ਆ ਗਿਆ ਮੈਂ ਚਲੋ ਠੀਕ ਤੇ ਕੱਲ੍ਹ ਸ਼ਾਮੀ ਪਤਾ ਨਾ ਕੀ ਇਹਨਾਂ ਨੂੰ ਦਿਮਾਗ 'ਚ ਆਇਆ ਵਾ ਤੇ ਕਹਿੰਦੇ ਵੀ ਜਾਣਾ ਕਿੱਥੇ ਮੈਂ ਮਾਡਾ ਮੰਗਿਆ ਜਗ੍ਹਾ ਜਾਣਾ ਤੁਸੀਂ ਮਿਸ਼ਰਾ ਕੱਢ ਗਏ ਤੇ ਉਹਨਾਂ ਨੂੰ ਕਿਹਾ ਵੀ ਤੂੰ ਫਿਰੇ 6 ਵਜੇ ਆ ਜਾ ਤੇ 9 ਵਜੇ ਹਾਲਾਂਕਿ ਮੈਂ ਕੋਲ ਪੈਸੇ ਵੀ ਨਹੀਂ ਮੰਗੇ ਉਹਨਾਂ ਨੂੰ ਬੈਗ ਦੇ ਦੇ ਕਹਿੰਦੇ ਆਲਾ ਮੇਰੇ ਬੈਗ ਦੇ ਚਾਰ ਜਿੱਥੇ ਲਗਾਇਆ ਚਲਾਕ ਫੜਦੇ ਆ ਤੇ ਮੈਂ ਪਹਿਲੇ ਵੇ ਜਾਣਾ ਸਟੈਂਡ ਪ੍ਰਭੂ ਲਈ ਕੀ ਕਹਿ ਰਿਹਾ ਜਿੱਥੇ ਜੌਬ ਕਰਦੇ ਉੱਥੇ ਕਿ ਮੈਂ ਜਾਣਾ 2 ਦਿਨ ਪਹਿਲਾਂ ਉਹ ਕਹਿੰਦੇ ਅਗਰ ਜਾਣਾ ਨਾ ਛੁੱਟੀ ਨਹੀਂ ਮਿਲੀ ਸਾਫ ਕਰਵਾ ਲਾ ਐਦਾਂ ਹੀ ਹੈ ਹਾਂਜੀ ਸਾਫ ਕਰਵਾ ਲਾ ਛੁੱਟੀ ਪੱਕੇ ਛੁੱਟੀ ਹੈ ਕਹਿੰਦੇ ਮੈਂ ਤਾਂ ਜਾਣਾ ਆ ਜੋ ਮਰਜ਼ੀ ਹੋ ਜਾਏ ਕੱਲ੍ਹ ਪੁੱਛਿਆ ਕਿੱਥੇ ਜਾਣਾ ਦੱਸਿਆ ਕਿ ਮੈਂ ਪ੍ਰੇਅਰ ਲਈ ਪ੍ਰਭੂ ਦੇ ਭਵਨ 'ਚ ਜਾਣਾ ਸਵੇਰੇ ਬੁਲਾਇਆ 3 ਘੰਟੇ ਤੋਂ ਇਹ ਪੈਸੇ ਵੀ ਦਿੱਤੇ ਉਹ ਰਾਜ ਖੁਦਾ ਦੀ ਹਜ਼ੂਰੀ 'ਚ ਵੀ ਹਾਲੇ ਲੋਈ ਆ ਕਿੱਦਾਂ ਹੋ ਸਕਦਾ ਕਿ ਪ੍ਰਭੂ ਲਈ ਸਟੈਂਡ ਲੈ ਲਓ ਪ੍ਰਭੂ ਤੁਹਾਨੂੰ ਛੱਡ ਦੇਵੇ ਕਦੇ ਨਹੀਂ
ਲੱਗਦਾ ਸੁਣਨ ਨੂੰ ਸੌਖਾ ਆ 12 ਸਾਲ ਤੋਂ ਰੋਜ਼ ਦੀ ਕਬੋਤਲ, ਕਿੰਨੇ ਪੈਸੇ ਬਰਬਾਦ ਹੋ ਰਹੇ, ਲੱਖਾਂ ਰੁਪਈਆ ਖਰਾਬ ਹੋ ਗਿਆ ਨਾ, ਘਰ ਦੇ ਵਿੱਚ ਕਲੇਸ਼ ਵੱਖਰਾ, ਸਾਰੇ ਦਾਰੋ ਚ ਗਈ। ਪਰ ਹੁਣ 2-2.5 ਮਹੀਨੇ ਤੋਂ ਪਰਮੇਸ਼ੁਰ ਨੇ ਆਜ਼ਾਦ ਕੀਤਾ। ਖੁਦਾ ਦਾ ਧੰਨਵਾਦ ਕਰਦਾ ਇਸ ਗਵਾਹ ਦੀ ਸਭ ਤਾਰੀਫ਼ ਕਰਦੇ, ਜੋਰ ਦੀ ਜੋਰ ਦੀ ਜੋਰ ਦੀ ਜੋਰ ਦੀ ਤਾਰੀਫ਼ ਕਰੋ, ਜੋਰ ਦੀ।